ਬਾਦਲ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਸੀ ਤੇ ਖੁਸ਼ੀਆਂ ਦੇ ਵਿੱਚ ਹਰ ਇੱਕ ਉਹਨਾਂ ਦੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਜਾ ਰਿਹਾ ਸੀ ਚਾਹੇ ਕਿਸੇ ਦੇ ਰਾਜਨੀਤਿਕ ਵਖਰੇਵੇਂ ਸੀ ਪਰ ਬਹੁਤ ਸਾਰੇ ਲੋਕ ਇਸ ਨੂੰ ਸਿਰਫ ਰਾਜਨੀਤੀ ਤੱਕ ਰਸੀਮਤ ਰੱਖਦੇ ਆ ਪਰ ਕਈ ਵਾਰ ਆਪਣੇ ਹੇਠਲੇ ਲੈਵਲ ਦੇ ਵਰਕਰ ਜੇ ਗੱਲ ਕਰੀ ਜਾਵੇ ਉਹ ਇਸ ਰਾਜਨੀਤੀ ਨੂੰ ਇੰਨੀ ਆਪਣੇ ਉੱਤੇ ਹਾਵੀ ਕਰ ਲੈਂਦੇ ਆ ਕਿ ਉਹ ਰਿਸ਼ਤੇ ਨਾਤੇ ਵੀ ਭੁੱਲ ਜਾਂਦੇ ਆ ਪਰ ਸਹੀ ਗੱਲ ਆਕੀਆ ਸਿਆਣਿਆਂ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਇਹ ਗੱਲ ਆਕਦੇ ਹੁੰਦੇ ਸੀ ਕਿ ਰਾਜਨੀਤੀ ਨੂੰ ਸਿਰਫ ਰਾਜਨੀਤਿਕ ਪੜਤਿਕ ਕਰੀਏ ਨੂੰ ਇਹਨੂੰ ਜਿਹੜਾ ਸਮਝਣਾ ਚਾਹੀਦਾ ਜੇਕਰ ਕਿਸੇ ਦੇ ਖੁਸ਼ੀ ਜਾਂ ਗਮੀ ਆਉਂਦੀ ਆ ਖੁਸ਼ੀ ਦੇ ਵਿੱਚ ਵੀ ਸ਼ਾਮਲ ਹੋਣਾ ਚਾਹੀਦਾ ਤੇ ਜੇਕਰ ਕਿਸੇ ਦੇ ਗਮੀ ਆਉਂਦੀ ਆ ਤੇ ਅਗਲੇ ਦਾ ਗੰਮ ਵੀ ਵਟਾਉਣਾ ਚਾਹੀਦਾ ਇਸੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਸਵੇਰ ਦੀ ਇੱਕ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਹ ਆਖਿਆ ਜਾ ਰਿਹਾ ਕਿ ਇਹ ਸਰਦਾਰ ਜਿਹੜਾ ਸੁਖਵੀਰ ਸਿੰਘ ਬਾਦਲ ਆ ਉਹਨਾਂ ਦੀ ਧੀ ਦੀ ਮੰਗਣੀ ਤੇ ਕੈਪਟਨ ਮਰਿੰਦਰ ਸਿੰਘ ਸਮੇਤ ਪਰਿਵਾਰ ਪਹੁੰਚੇ ਆ ਭਾਵੇਂ ਕਿ ਉਹ ਧੁਰ ਵਿਰੋਧੀ ਰਹੇ ਆ ਸੁਖਵੀਰ ਸਿੰਘ ਬਾਦਲ ਦੇ ਪਰ ਉਹਨਾਂ ਦੀ ਬੇਟੀ ਦਾ ਜਿਹੜਾ ਸ਼ਗਨ ਸੀ ਉਸ ਦੇ ਵਿੱਚ ਪਰਿਵਾਰ ਸਮੇਤ ਕੈਪਟਨ ਮਰਿੰਦਰ ਸਿੰਘ ਪਹੁੰਚੇ ਆ ਪਰ ਹਾਲੇ ਤੱਕ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਕਿਉਂਕਿ ਸਿਰਫ ਕਿਉਂਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਹੀ ਹੈ ਹਾਲੇ ਤੱਕ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਮੰਗਣੀ ਵੀ ਨਹੀਂ ਹੋਈ